ਦਵੇਸ਼ਰ ਕੰਸਲਟੈਂਟਸ ਦਾ ਆਫਿਸ ਜੋ ਕਿ ਅੰਮ੍ਰਿਤਸਰ ਵਿਖੇ ਸਥਿਤ ਹੈ। ਇੱਥੇ ਆਇਲਟਸ, ਪੀਟੀਈ, ਸਪੋਕਨ ਇੰਗਲਿਸ਼, ਸਟੂਡੈਂਟ ਵੀਜ਼ਾ ਤੇ ਮਲਟੀਪਲ ਵੀਜ਼ਾ ਆਦਿ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਦਵੇਸ਼ਰ ਕੰਸਲਟੈਂਟਸ ਦੇ ਐਮਡੀ ਨੇ ਸਾਡੀ ਟੀਮ ਨਾਲ ਗੱਲਬਾਤ ਕੀਤੀ। ਪੇਸ਼ੇ ਸੰਬੰਧੀ ਇੱਕ ਰਿਪੋਰਟ। ਦਰਸ਼ਕ ਜਾਈਏ ਪ੍ਰਦੇਸ਼ ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ ਹੈ। ਅੱਜ ਅਸੀਂ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਦਵੇਸ਼ਰ, ਜਿਹੜਾ ਕਿ ਇੱਕ ਰਿਨੋਡ ਨਾਮ ਹੈ, ਅੰਮ੍ਰਿਤਸਰੀ ਨਹੀਂ ਬਲਕਿ ਸਾਰੇ ਪੰਜਾਬ ਦੇ ਵਿੱਚ ਫੈਲਿਆ ਹੋਇਆ, ਉਹਨਾਂ ਦੇ ਐਮ ਡੀ ਦੇ ਨਾਲ। ਸਰ, ਤੁਹਾਡਾ ਸਵਾਗਤ ਹੈ ਸਾਡੇ ਸਪੈਸ਼ਲ ਸ਼ੋਅ 'ਚ। ਮਿਹਰਬਾਨੀ ਸਰ, ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ, ਨਮਸਕਾਰ। ਸਰ, 20 ਸਾਲ ਦਾ ਅਰਸਾ, ਜਦੋਂ ਕਿ ਕੋਈ ਟਾਵਾਂ ਟੱਲਾ ਬੰਦਾ ਜਿਹੜਾ ਉਹ ਬਾਹਰ ਜਾਂਦਾ ਹੁੰਦਾ ਸੀਗਾ, ਉਹ ਸਮੇਂ ਤੋਂ ਤੁਸੀਂ ਲੱਗੇ ਹੋ ਲੋਕਾਂ ਨੂੰ ਇਹ ਨੈਟਵਰਕ ਦੇਣ, ਔਰ ਅੱਜ 20 ਸਾਲ ਦਾ ਸਫ਼ਰ ਤੁਹਾਡਾ ਗੁਜ਼ਰ ਚੁੱਕਿਆ ਹੈ। ਕੀ ਕਹਿਣਾ ਚਾਹੋਗੇ ਇਸ 20 ਸਾਲ ਦੇ ਸਫ਼ਰ ਦੇ ਵਿੱਚ, ਉਸ ਟਾਈਮ ਦੇ ਅੰਬੈਸੀਆਂ ਅੱਜ ਦਾ ਕਿੰਨਾ ਕੁ ਤੁਹਾਨੂੰ ਫਰਕ ਲੱਗ ਰਿਹਾ? ਸਰ, ਦੇਖੋ ਕਾਫੀ ਚੇਂਜਸ ਆਈਆਂ ਨੇ, ਕਿਉਂਕਿ ਉਦੋਂ ਕਾਫੀ ਉਤਰਾਵ ਚੜਾਵ ਆਏ ਨੇ। ਇੱਕ ਸਮਾਂ ਸੀਗਾ ਕਿ ਜਦੋਂ ਅੰਬੈਸੀ ਗੈਪ ਨੂੰ ਕੋਈ ਤਰਜੀਹ ਨਹੀਂ ਸੀ ਦਿੰਦੀ, ਸਿਰਫ ਦੇਖਦੀ ਸੀ ਕਿ ਬੱਚੇ ਕੋਲ ਸਫੀਸ਼ੈਂਟ ਫੰਡਸ ਨੇ ਜਾਂ ਬੱਚਾ ਫੀਸ ਪੇ ਕਰਨ ਜੋਗਾ ਹੈ, ਅਤੇ ਬੱਚੇ ਦਾ ਥੋੜ੍ਹਾ ਆਇਲਟਸ ਸਕੋਰ ਸੀਗਾ, ਅਤੇ ਉਦੋਂ ਵੀ ਵੀਜ਼ਾ ਬੱਚੇ ਦਾ ਆਰਾਮ ਨਾਲ ਜਾਂਦਾ ਸੀ। ਪਰ ਅੱਜ ਦੀ ਡੇਟ ਦੇ ਵਿੱਚ ਸਾਰਾ ਸਿਸਟਮ ਔਨਲਾਈਨ ਹੋਣ ਕਰਕੇ ਅੰਬੈਸੀਆਂ ਜਿਹੜੀਆਂ ਨੇ ਉਹ ਦੇਖਦੀਆਂ ਨੇ ਕਿ ਬੱਚੇ ਦੇ ਫੰਡ ਜਿਹੜੇ ਸਫੀਸ਼ੈਂਟ ਹੋਣ। ਜਿਵੇਂ ਅਗਰ ਅਸੀਂ ਆਸਟ੍ਰੇਲੀਆ ਦੀ ਗੱਲ ਕਰੀਏ, ਬੱਚੇ ਦਾ ਅਕੈਡਮਿਕ ਸਕੋਰ ਅੱਛਾ ਹੋਵੇ, ਬੱਚੇ ਦਾ ਆਇਲਟਸ ਸਕੋਰ ਅੱਛਾ ਹੋਵੇ, ਕਿਉਂਕਿ ਇਹ ਜਿਹੜੀ ਯੂਨੀਵਰਸਿਟੀ ਕਾਲਜਸ ਨੂੰ ਦੇਖਦੇ ਕਿ ਬੱਚਾ ਸਿਰਫ ਸਾਡੇ ਕੋਲ ਵਿਦੇਸ਼ ਆਵੇ ਹੀ ਨਾ, ਆ ਕੇ ਪੜ੍ਹੇ, ਅਤੇ ਜੇ ਉਹ ਕਾਬਲ ਹੈ ਤਾਂ ਅਸੀਂ ਉਹਨੂੰ ਪਰਮਾਨੈਂਟ ਰੈਜੀਡੈਂਸੀ ਵੀ ਦੇ ਦਈਏ। ਦੂਸਰੀ ਗੱਲ, ਉਹ ਯੂਨੀਵਰਸਿਟੀਜ਼ ਕਾਲਜਸ ਜਿਹੜੇ ਨੇ ਉਹ ਵੀ ਪਹਿਲਾਂ ਸਿਰਫ ਦੇਖਦੇ ਸੀਗੇ ਕਿ ਬੱਚੇ ਦਾ ਇੱਕ ਲੋਅ ਅਕੈਡਮਿਕ ਸਕੋਰ ਹੈ ਜਾਂ ਲੋਅ ਆਇਲਟਸ ਸਕੋਰ ਹੈ, ਤਾਂ ਵੀ ਐਡਮਿਸ਼ਨ ਦੇ ਦਿੰਦੇ ਸੀਗੇ। ਪਰ ਹੁਣ ਇਹ ਸਾਰੀਆਂ ਚੀਜ਼ਾਂ ਨੂੰ ਤੁਹਾਨੂੰ ਧਿਆਨ ਦੇ ਵਿੱਚ ਰੱਖਿਆ ਜਾਂਦਾ ਹੈ। ਔਰ ਗੁੱਡ ਚੀਜ਼ ਇਹ ਹੈ ਕਿ ਮੈਂ ਦੇਖਦਾ ਹਾਂ ਕਿ ਉਦੋਂ ਬੱਚੇ ਦੇ 5 ਬੈਂਡ ਵੀ ਬੜੀ ਮੁਸ਼ਕਲ ਨਾਲ ਆਉਂਦੇ ਸੀ, ਪਰ ਹੁਣ ਦੇਖਦੇ ਹਾਂ ਕਿ ਬੱਚੇ ਜਿਹੜੇ ਨੇ ਉਹ ਥੋੜ੍ਹੀ ਜਿਹੀ ਮਿਹਨਤ ਕਰਦੇ ਨੇ, ਉਹ 6, 6.5, 7 ਬੈਂਡ ਆਰਾਮ ਨਾਲ ਲੈ ਜਾਂਦੇ ਸਾਡੇ ਆਪਣੇ 5 ਸੈਂਟਰ ਨੇ ਅੰਮ੍ਰਿਤਸਰ ਦੇ ਵਿੱਚ, ਔਰ ਬੜੇ ਅੱਛੇ ਰਿਜ਼ਲਟਸ ਆ ਰਹੇ ਨੇ। ਅਸੀਂ ਦੇਖਦੇ ਹਾਂ ਕਿ ਬੱਚੇ ਨੂੰ ਕੁਝ ਟਿਪਸ ਐਂਡ ਟੈਕਨੀਕਸ ਕਰ ਦਿੰਦੇ ਹਾਂ ਅਸੀਂ, ਔਰ ਬੱਚਾ 3 ਮਹੀਨੇ ਲਾਉਂਦਾ ਸੀ ਅਤੇ 6 ਬੈਂਡ 'ਤੇ ਪਹੁੰਚਦਾ ਸੀ ਬੱਚਾ, ਹੁਣ ਸਾਡੇ ਕੋਲ CBSE, ICSE, ਈਵਨ ਪੰਜਾਬ ਬੋਰਡ ਵਾਲੇ ਕੋਈ ਬੱਚੇ ਨੇ ਜਿਹਨਾਂ ਅਸੀਂ ਦੇਖਦੇ ਹਾਂ ਕਿ ਉਹ ਸਿਰਫ 1 ਮਹੀਨਾ ਲਗਾਉਂਦੇ ਨੇ ਔਰ ਅੱਛਾ ਰਿਜ਼ਲਟ ਦੇ ਦਿੰਦੇ ਨੇ। ਰਾਧਰ ਔਨਲਾਈਨ ਕੋਚਿੰਗ ਦੇ ਵਿੱਚ ਪਿੱਛੇ ਜਿਵੇਂ ਕੋਵਿਡ ਦਾ ਪੀਰੀਅਡ ਚੱਲਦਾ ਪਿਆ, ਅਸੀਂ ਦੇਖਦੇ ਕਿ ਔਨਲਾਈਨ ਕੋਚਿੰਗ 'ਚ ਸ਼ੁਰੂ 'ਚ ਬੱਚਿਆਂ ਨੂੰ ਦਿੱਕਤ ਆਈ, ਪਰ ਹੁਣ ਇੱਕ ਮੇਰੇ ਕੋਲ ਪਿੱਛੇ ਲੜਕੀ ਹੈ ਦਿਵਿਆ ਸ਼ਰਮਾ, ਉਹਨੇ ਔਨਲਾਈਨ ਕੋਚਿੰਗ ਲਈ, ਮੈਨੂੰ ਘਬਰਾ ਰਹੀ ਸੀਗੀ ਕਿ ਸਰ ਮੈਂ ਕਿਸ ਤਰ੍ਹਾਂ ਕਰ ਪਾਊਂਗੀ, ਐਂਡ ਸਿਰਫ ਉਹਨੂੰ 2 ਤੋਂ 3 ਦਿਨ ਮੁਸ਼ਕਲ ਆਈ, ਉਸ ਤੋਂ ਬਾਅਦ ਇੰਨੀ ਫੈਮਿਲੀਅਰ ਹੋ ਗਈ ਔਰ ਉਹ ਲੜਕੀ ਨੇ 7 ਬੈਂਡ ਸਕੋਰ ਕੀਤੇ, ਜਦਕਿ ਉਹਨੂੰ ਸਿਰਫ 6 ਬੈਂਡ ਚਾਹੀਦੇ ਸੀ ਕੈਨੇਡਾ ਜਾਣ ਵਾਸਤੇ। ਸੋ ਇਸ ਕਰਕੇ ਕਾਫੀ ਜਿਹੜੇ ਨਾ ਉਹ ਚੇਂਜਸ ਆ ਰਹੇ, ਬੱਚੇ ਅਵੇਅਰ ਹੋ ਰਹੇ ਨੇ, ਗੂਗਲ ਸਰਚ ਕਰਕੇ ਜਿਹੜੀ ਆ ਉਹ ਕਾਫੀ ਬੈਨੀਫਿਟਸ ਬੱਚਿਆਂ ਨੂੰ ਮਿਲ ਰਹੇ ਨੇ। ਸਰ, ਕਿਸ ਚੀਜ਼ ਦਾ ਧਿਆਨ ਰੱਖਣ ਲੋਕ ਜਦੋਂ ਬੱਚਿਆਂ ਦੇ ਮਾਇੰਡ ਦੇ ਵਿੱਚ ਆਉਂਦਾ ਕਿ ਅਸੀਂ ਬਾਹਰ ਜਾਣਾ, ਪੇਰੈਂਟਸ ਨੂੰ ਅਵੇਅਰਨੈਸ ਥੋੜ੍ਹੀ ਜਿਹੀ ਘੱਟ ਹੁੰਦੀ ਹੈ ਕਈ ਵਾਰ, ਅਤੇ ਉਹ ਕੀ ਚੀਜ਼ਾਂ ਦਾ ਧਿਆਨ ਰੱਖਣ, ਕਿਉਂਕਿ ਤੁਸੀਂ ਅੱਜ 20 ਸਾਲ ਦਾ ਤੁਹਾਡਾ ਲੰਬਾ ਤਜਰਬਾ, ਬੜੀ ਲੰਬੀ ਚੇਨ ਆ ਤੁਹਾਡੀ ਜਿਹੜੇ ਬੱਚਿਆਂ ਨੂੰ ਤੁਸੀਂ ਬਾਹਰ ਭੇਜ ਚੁੱਕੇ ਹੋ, ਔਰ ਉਹ ਚੇਨ ਤੁਹਾਡੀ ਉੱਦਾਂ ਵੀ ਕੰਮ ਕਰ ਰਹੀ ਹੈ ਕਿ ਜਦੋਂ ਬੱਚੇ ਜਾਂਦੇ ਬਾਹਰ ਤਾਂ ਤੁਹਾਡੇ ਉੱਥੇ ਵੀ ਨੈਟਵਰਕ ਉਹਨਾਂ ਕੋਲ ਹੁੰਦਾ, ਕਿਉਂਕਿ ਤੁਹਾਡੇ ਕੋਲ ਆਲਰੇਡੀ ਜਿਹੜੇ ਹੈ ਗਰੁੱਪਸ ਬਣੇ ਹੋਏ ਨੇ, ਉਹ ਲੋਕ ਜਿਹੜੇ ਸਾਰੇ ਤੁਹਾਡੇ ਕੋਲ ਬਾਹਰ ਗਏ ਨੇ, ਉਹ ਤੁਹਾਡੇ ਨਾਲ ਅਟੈਚ ਨੇ, ਕੀ ਕਹਿਣਾ ਚਾਹੋਗੇ? ਸਰ, ਦੇਖੋ ਤੁਸੀਂ ਸਵਾਲ ਬੜਾ ਅੱਛਾ ਪੁੱਛਿਆ, ਸਾਨੂੰ ਪੇਰੈਂਟਸ ਵੀ ਨੋਰਮਲੀ ਆ ਕੇ ਪੁੱਛਦੇ ਨੇ। ਪਿੱਛੇ ਮੈਨੂੰ ਯਾਦ ਹੈ ਕਿ ਇੱਕ ਬਜ਼ੁਰਗ ਸੀਗੇ, ਉਹ ਆਏ ਇੱਥੇ ਕਾਦੀਆਂ ਦੇ ਲਾਗੇ ਪਿੰਡ ਆ, ਅਸੀਂ ਉਹਨਾਂ ਨੂੰ ਸਾਰਾ ਸਮਝਾਇਆ ਕਿ ਬੱਚਾ ਤੁਹਾਡੇ ਦੇ ਇੰਨੇ ਬੈਂਡ ਸਕੋਰ ਨੇ, ਇਹ ਕਾਲਜ ਜਾਏਗਾ, ਇਸ ਤਰ੍ਹਾਂ ਕਰੇਗਾ, ਇੰਨੀ ਅਸੀਂ ਫੀਸ ਲਾਂਗੇ ਇਸ ਤਰੀਕੇ ਦਾ। ਤਾਂ ਮੈਨੂੰ ਇੱਕ ਸਵਾਲ ਪੁੱਛਦੇ, ਕਹਿੰਦੇ ਵੀ ਦਵੇਸਰ ਜੀ, ਪਹਿਲੀ ਵਾਰੀ ਤੁਹਾਨੂੰ ਮੈਂ ਮਿਲਿਆ ਅਤੇ ਤੁਹਾਡਾ ਬੜਾ ਨਾਲ ਗੱਲਾਂ ਕਰਕੇ ਬੜਾ ਚੰਗਾ ਲੱਗਦਾ, ਪਰ ਹੋਰ ਵੀ ਕਹਿੰਦੇ ਸਾਡੇ ਪਿੰਡ ਦੇ ਬੰਦੇ 2-4-5 ਕੰਸਲਟੈਂਟਸ ਕੋਲ ਗਏ, ਏਜੰਟਸ ਕੋਲ ਗਏ, ਉਹਨਾਂ ਨੂੰ ਮਿਲ ਕੇ ਬੜਾ ਚੰਗਾ ਲੱਗਾ, ਪਰ ਉਹਨਾਂ ਨੂੰ ਧੋਖਾ ਲਗਾ, ਪਹਿਲੀ ਵਾਰੀ ਸਾਰੇ ਬੜਾ ਪ੍ਰਭਾਵਿਤ ਕਰ ਲੈਂਦੇ ਨੇ, ਉਦਾਂ ਹੀ ਤੁਸੀਂ ਉਹਨੂੰ ਪ੍ਰਭਾਵਿਤ ਕਰ ਲਿਆ, ਪਰ ਮੈਨੂੰ ਦੱਸੋ ਵੀ ਮੈਂ ਤੁਹਾਡੇ 'ਤੇ ਵਿਸ਼ਵਾਸ ਕਿਉਂ ਕਰਾਂ, ਕਿੱਦਾਂ ਕਰਾਂ? ਬੜਾ ਅੱਛਾ ਸਵਾਲ ਸੀ, ਅਤੇ ਮੈਂ ਉਹਨਾਂ ਨੂੰ ਇੱਕ ਗੱਲ ਕਹੀ, ਮੈਂ ਬਜ਼ੁਰਗੋ ਪਹਿਲਾਂ ਤਾਂ ਤੁਹਾਡਾ ਇਹ ਸਵਾਲ ਪੁੱਛਣ ਵਾਸਤੇ ਧੰਨਵਾਦ। ਦੂਸਰਾ ਇਹ ਕਿ 3-4 ਗੱਲਾਂ ਉਹਨਾਂ ਨੂੰ ਵੀ ਮੈਂ, ਜੋ ਉਹਨਾਂ ਦੇ ਜਿਹੜੇ ਆਏ ਸੀਗੇ ਬੱਚੇ ਦੇ ਪੇਰੈਂਟਸ, ਦਾਦਾ ਜੀ ਸੀ ਬੱਚੇ ਦੇ ਫਾਦਰ, ਅਤੇ ਉਹਨਾਂ ਨੂੰ ਦੱਸਿਆ, ਨਾਲ ਮੈਂ ਫੇਸਬੁੱਕ 'ਤੇ ਉਸੇ ਦਿਨ ਵੀਡੀਓ ਬਣਾਈ ਕਿ 3-4 ਚੀਜ਼ਾਂ ਧਿਆਨ ਜ਼ਰੂਰ ਰੱਖੋ, ਫੇਸਬੁੱਕ ਤੁਸੀਂ ਖੋਲ੍ਹ ਲਓ ਅਤੇ ਇੰਨੀਆਂ ਐਡਸ ਨੇ, ਇੰਨਾ ਨੌਲੇਜ ਸ਼ੇਅਰਿੰਗ ਹੋ ਰਹੀ ਹੈ, ਇੰਨਾ ਗਿਆਨ ਜਿਹੜਾ ਵੰਡਿਆ ਜਾ ਰਿਹਾ ਹੈ, ਇਨਫੋਰਮੇਸ਼ਨ ਦਿੱਤੀ ਜਾ ਰਹੀ ਹੈ, ਔਰ ਇੰਨੀਆਂ ਮਸ਼ਹੂਰੀਆਂ ਦਿੱਤੀ ਜਾ ਰਹੀਆਂ ਕਿ ਦੇਖੋ ਜੀ ਸਾਡਾ ਵੀਜ਼ਾ 1 ਦਿਨ 'ਚ ਆ ਗਿਆ, ਇਹਦਾ ਵੀਜ਼ਾ 10 ਦਿਨ 'ਚ ਆ ਗਿਆ, ਇਹਦਾ 2 ਰਿਫਿਊਜ਼ਲ ਤੋਂ ਬਾਅਦ ਵੀਜ਼ਾ ਆ ਗਿਆ, ਬਿਲਕੁਲ ਠੀਕ ਹੈ, ਆ ਰਹੇ ਨੇ, ਪਰ ਉਹ 'ਚ ਧੋਖੇ ਤੋਂ ਬਚਣ ਵਾਸਤੇ ਤੁਸੀਂ ਕੀ ਕਰੋ, ਇੱਕ ਤਾਂ ਉਹ ਏਜੰਟ ਦੇ ਰਿਵਿਊਜ਼ ਜ਼ਰੂਰ ਗੂਗਲ 'ਤੇ, ਫੇਸਬੁੱਕ 'ਤੇ ਚੈੱਕ ਕਰੋ,
ਦੂਸਰੀ ਗੱਲ ਹੈ, ਸਭ ਤੋਂ ਵਧੀਆ ਤਰੀਕਾ ਇਹ ਮੈਂ ਦੱਸ ਦਿੰਦਾ ਪੇਰੈਂਟਸ ਨੂੰ ਕਿ ਤੁਸੀਂ ਉਹ ਜਿਹੜੇ ਵੀ ਕੰਸਲਟੈਂਟ ਕੋਲ ਜਾਂਦੇ ਹੋ ਉਹਦੇ ਦਫ਼ਤਰ ਦੇ ਵਿੱਚ ਜਾ ਕੇ, ਇਹ ਨਹੀਂ ਕਿ ਪਹਿਲੇ ਦਿਨ ਗਏ ਅਤੇ ਪਹਿਲੇ ਦਿਨ ਹੀ ਫਾਈਲ ਦੇਤੀ, ਇੱਕ ਅੱਧਾ ਘੰਟਾ 2 ਘੰਟੇ ਜ਼ਰੂਰ ਬੈਠੋ, ਔਰ ਬੈਸਟ ਵੀ ਉਹਦੇ ਗੇਟ 'ਤੇ ਤੁਸੀਂ ਘੰਟਾ ਅੱਧਾ ਘੰਟਾ ਖੜ੍ਹੇ ਹੋ ਜਾਓ। ਜਿਹੜੇ ਆ ਰਹੇ ਨੇ ਉਹਨਾਂ ਨੂੰ ਪੁੱਛੋ ਬਈ ਕਿੱਧਰ ਆਏ ਹੋ, ਜਿਹੜੇ ਜਾ ਰਹੇ ਨੇ ਬਈ ਕਿੱਦਾਂ ਜਾ ਕੇ ਆਏ ਹੋ, ਤਾਂ ਕਿ ਉੱਥੋਂ ਪਤਾ ਲੱਗ ਜਾਏਗਾ ਕਿ ਜਿਹੜੇ ਬੱਚੇ ਆ ਰਹੇ ਨੇ ਉਹ ਪਰੇਸ਼ਾਨ ਤਾਂ ਨਹੀਂ ਹੈਗੇ। ਇਹ ਤਾਂ ਨਹੀਂ ਕਿ ਅਸੀਂ ਪੈਸੇ ਦੇ ਤੇ ਗਏ, ਗੱਲਾਂ ਸੋਹਣੀਆਂ ਕੀਤੀਆਂ ਮੈਡਮ ਨੇ ਜਾਂ ਜਿਹੜੇ ਉੱਥੇ ਬਾਊ ਜੀ ਮਿਲੇ ਅਤੇ ਪ੍ਰਭਾਵਿਤ ਹੋ ਕੇ ਅਸੀਂ ਫਾਈਲ ਲਾ ਦਿੱਤੀ, ਉਸ ਚੱਕਰ ਦੇ ਵਿੱਚ ਪਰੇਸ਼ਾਨ ਨਾ ਹੋ। ਰਿਵਿਊਜ਼ ਜ਼ਰੂਰ ਦੇਖੋ, ਫਿਰ ਉਹ ਦੇਖੋ, ਕਈ ਵਾਰੀ ਮੈਂ ਦੇਖਦਾ ਕਿ ਲਿਖਿਆ ਹੁੰਦਾ ਕਿ ਅਸੀਂ ਸਪੈਸ਼ਲਿਸਟ ਹਾਂ, ਅਸੀਂ ਵੀਜ਼ਾ ਐਕਸਪਰਟ ਹਾਂ, ਅਸੀਂ ਇਹ ਹਾਂ, ਉਸ ਚੀਜ਼ ਵੀ ਨਾ ਦੇਖੋ, ਤੁਹਾਡਾ ਆਪਣੇ ਏਜੰਟ ਦੀ ਕੁਆਲੀਫਿਕੇਸ਼ਨ ਦੇਖੋ। ਜਿਸ ਮੈਂ ਆਪਣੀ ਗੱਲ ਕਰਦਾ, ਮੈਂ ਨਹੀਂ ਕਹਿੰਦਾ ਕਿ ਇਕੱਲਾ ਮੈਂ ਹੀ ਹਾਂ, ਬੜੇ ਨੇ, ਮੈਂ ਕਾਲਜ 'ਚ ਪ੍ਰੋਫੈਸਰ ਲੱਗਾ ਰਿਹਾ ਇੱਥੇ ਪੜ੍ਹਾਉਂਦਾ ਪੈਣਾ, ਮੈਂ ਅਸੀਂ ਫਿਜ਼ਿਕਸ ਹੈ, ਮੇਰੀ ਯੂਨੀਵਰਸਿਟੀ ਪੜ੍ਹਿਆ, ਮੇਰੀ ਟੀਮ ਜਿਹੜੀ ਉਹ ਸਰਟੀਫਾਈਡ ਹੈ, ਅਸੀਂ ਮੈਂ ਸਰਟੀਫਾਈਡ ਕਾਊਂਸਲਰ ਹਾਂ ਆਸਟ੍ਰੇਲੀਆ ਐਮਬੈਸੀ ਵੱਲੋਂ, ਸਾਡੇ ਕੋਲ ਇੱਕ ਸਰਟੀਫਿਕੇਟ ਹੈ QEAC ਦਾ। ਸੋ ਇਹ ਚੀਜ਼ਾਂ ਜ਼ਰੂਰ ਦੇਖੋ, ਫਿਰ ਦੇਖੋ ਕਿ ਉਸ ਏਜੰਟ ਦੇ ਕੰਸਲਟੈਂਸੀ ਜਿਹੜੀ ਆ ਉਹਦੇ ਡਾਇਰੈਕਟ ਟਾਈ ਅਪਸ ਹੈ ਨੇ, ਕਿਉਂਕਿ ਨੋਰਮਲੀ ਹੁੰਦਾ ਕੀ ਹੈ ਕਿ ਲਾਈਕ ਬੱਚਾ ਮੇਰੇ ਕੋਲ ਆਇਆ, ਮੈਂ ਫਾਈਲ ਫੜੀ, ਉਹਨੂੰ ਚੰਡੀਗੜ੍ਹ ਭੇਜਤੀ, ਚੰਡੀਗੜ੍ਹ ਦਿੱਲੀ ਭੇਜਤੀ, ਬੰਬੇ ਭੇਜਤੀ, ਇਸ ਤਰ੍ਹਾਂ ਦਾ ਨਹੀਂ ਹੋ ਰਿਹਾ ਕਿ ਉਹ ਏਜੰਟ ਸਿੱਧੀ ਫਾਈਲ ਤੁਹਾਡੀ ਆਪਣੇ ਆਫਿਸ ਤੋਂ ਅੰਬੈਸੀ ਭੇਜ ਰਿਹਾ। ਸੋ ਇਹ ਸਾਰੀ ਚੀਜ਼ਾਂ ਜ਼ਰੂਰ ਦੇਖੋ, ਇਹ ਨਹੀਂ ਕਿ ਅਸੀਂ ਗੱਲਾਂ ਤੋਂ ਪ੍ਰਭਾਵਿਤ ਹੋ ਕੇ ਜਾਂ ਉਹਦੀ ਵੀਡੀਓ ਤੋਂ ਪ੍ਰਭਾਵਿਤ ਹੋ ਕੇ ਫਾਈਲ ਲਾ ਦਈਏ, ਉਸੇ ਕੇਸਾਂ ਦੇ ਵਿੱਚ ਹੀ ਬੱਚੇ ਜਿਹੜੇ ਨੇ ਉਹ ਫਸਦੇ ਨੇ, ਉਸੇ ਤਾਰੀ ਫਿਰ ਸਾਡੇ ਏਜੰਟ ਦੇ ਕਈ ਬੱਚੇ ਨੂੰ ਡਰਾਉਂਦੇ ਨੇ ਕਿ ਤੇਰੇ ਬਈ 2 ਰਿਫਿਊਜ਼ਲ ਨੇ, 4 ਰਿਫਿਊਜ਼ਲ ਨੇ, ਪੈਕੇਜ ਕਰ ਲਾ। ਸਾਡੇ ਕੋਲ ਮੁਕੇਰੀਆਂ ਤੋਂ ਹੁਸ਼ਿਆਰਪੁਰ, ਡਿਸਟ੍ਰਿਕਟ ਹੁਸ਼ਿਆਰਪੁਰ ਤੋਂ ਇੱਕ ਪਿੱਛੇ ਵੀਜ਼ਾ ਲੈ ਗਿਆ ਬੱਚਾ, ਉਹ 4 ਰਿਫਿਊਜ਼ਲ ਸੀ, ਪਹਿਲਾਂ ਸਾਡੇ ਕੋਲ ਆਇਆ, ਅਸੀਂ ਨੂੰ ਕਿਹਾ ਬੇਟਾ ਤੇਰੇ ਬੈਂਡ ਘੱਟ ਦੇ, ਆਈਟਸ ਇੰਪਰੂਵ ਕਰ। ਬੱਚੇ ਕਾਲੇ ਪੈਣ ਦੇ, ਫਾਦਰ ਨੇ ਵੀ ਕਿਹਾ ਕਿ ਮੰਨ ਲਾ ਦੇਵੇ ਸਰ ਦੀ ਗੱਲ, ਉਹ ਨਹੀਂ ਮੈਂ ਫਾਈਲ ਲਾਉਣੀ ਹੈ, 1 ਵਾਰੀ ਲਾਈ, 2 ਵਾਰੀ ਲਾਈ, 3 ਵਾਰੀ ਲਾਈ, 4 ਵਾਰੀ ਲਾਈ। ਮੈਂ ਨਹੀਂ ਕਹਿੰਦਾ ਕਿ ਜਿਹੜੇ ਏਜੰਟਸ ਨੇ ਫਾਈਲ ਲਾਈ ਉਹ ਗਲਤ ਲਾਈ ਹੋਏਗੀ, ਹਰ ਬੰਦਾ ਅੱਛੇ ਤਰੀਕੇ ਨਾਲ ਫਾਈਲ ਲਾਉਂਦਾ, ਪਰ ਉਹ ਜਿਹੜੀ ਚੀਜ਼ ਰਿਕੁਆਇਰਮੈਂਟ ਉਹਦੀ ਪੂਰੀ ਹੋਣੀ ਸੀ ਉਹ ਬੱਚਾ ਨਹੀਂ ਕੀਤਾ, ਕਾਹਲੀ ਦੇ ਵਿੱਚ ਸੀ, ਫਿਰ ਸਾਡੇ ਕੋਲ ਆਇਆ ਭਾਜੀ ਮੈਂ 4 ਰਿਫਿਊਜ਼ਲਾਂ ਲੈ ਰਹੀਆਂ, ਕੀ ਕਰਾਂ ਦੱਸੋ। ਮੈਂ ਕਿਹਾ ਬੇਟਾ ਅਜੇ ਵੀ ਮੇਰੇ ਉਹ ਕਹਿੰਦਾ ਵੀ ਉਹ ਕੰਮ ਕਰ ਲਾ, ਇੰਨੇ ਬੈਂਡ ਲੈ ਆ, 6.5 ਵਿਦ ਨੋ ਲੈਸ ਦੈਨ 6,000 ਤੇਰਾ ਕੋਰਸ ਮਿਲਣਾ ਹੈ, ਜਿਸ ਤਰ੍ਹਾਂ ਵੀਜ਼ਾ ਆਉਣਾ ਹੈ। ਫਿਰ ਸਰ ਬੱਚੇ ਨੇ ਫਾਈਨਲ ਸਾਡੇ ਕੋਲ ਮਿਹਨਤ ਕੀਤੀ, ਅਸੀਂ ਨੂੰ ਆਈਲਟਸ ਕਰਾਇਆ, ਐਂਡ ਹੀ ਗੋਟ ਵੀਜ਼ਾ ਆਫਟਰ 4 ਰਿਫਿਊਜ਼ਲਸ। ਠੀਕ, ਸੋ ਮੀਨਜ਼ ਤੁਸੀਂ ਉਹ ਜ਼ਰੂਰ ਦੇਖੋ ਕਿ ਜੋ ਤੁਹਾਡਾ ਫਾਈਲ ਦੀ ਰਿਕੁਆਇਰਮੈਂਟ ਹੈ ਪੂਰੀ ਕਰੋ, ਔਰ ਏਜੰਟ ਇਹ ਨਹੀਂ ਕਿ ਐਡ ਵੇਖ ਕੇ, ਇਹ ਨਹੀਂ ਕਿ ਉਹਦੀਆਂ ਗੱਲਾਂ ਤੋਂ ਪ੍ਰਭਾਵਿਤ ਹੋ ਕੇ ਤੁਸੀਂ ਲੈ ਲਓ, ਉਹਦਾ ਸਰਟੀਫਿਕੇਸ਼ਨਸ, ਉਹਦੀ ਜਿਹੜੀ ਆ ਕਲਾਇੰਟ ਰੈਫਰੈਂਸ, ਉਹ ਜ਼ਰੂਰ ਚੈੱਕ ਕਰੋ। ਸਰ ਜਿਸ ਤਰੀਕੇ ਦੇ ਨਾਲ ਤੁਹਾਡੀ ਫਾਈਲਿੰਗ ਜਿਹੜੀ ਹੈਗੀ ਆ ਬੜੀ ਜ਼ਬਰਦਸਤ ਹੈ, ਔਰ ਤੁਸੀਂ ਫਾਈਲਸ ਦੇ ਵਿੱਚ ਕੰਮ ਤਾਂ ਸਾਰਾ ਫਾਈਲਾਂ 'ਤੇ ਆ, ਉਹਨਾਂ ਨੇ ਉਹੀ ਕਾਗਜ਼ ਪੜ੍ਹਨੇ ਆ, ਜੇ ਬੈਂਡ ਤਾਂ 6.5 ਬੈਂਡ ਵਾਲੇ ਜਿਹੜੇ ਹੈਗੇ ਆ ਉਹ ਹੋਰ ਵੀ ਜਗ੍ਹਾ ਦੇ ਉੱਤੇ ਜਾਂਦੇ ਆ, ਲੇਕਿਨ ਤੁਹਾਡੇ ਕੋਲ ਆ ਕੇ ਕੀ ਤੁਹਾਡੇ ਕੋਲ ਉਹੋ ਜਿਹੀ ਕਿ ਮਤਲਬ ਕੀ ਕਿਲਿੰਗ ਸਟਰੈਂਥ ਹੈਗੀ ਆ ਉਹ ਜਿਹੀ ਜਿਹਦੇ ਨਾਲ ਤੁਸੀਂ ਜਿਹੜੇ ਹੈਗੇ ਵੀਜ਼ੇ ਤੁਹਾਡੇ ਜਿਹੜੇ ਤੜ ਲੱਗ ਰਹੇ ਨੇ? ਦੇਖੋ ਸਰ, ਉਹ 'ਚ ਸਾਡੇ ਸਿਰਫ ਇਹ ਹੈ ਕਿ ਡਿਪਾਰਟਮੈਂਟ ਅਲੱਗ ਅਲੱਗ ਬਣੇ ਆ, ਹਰ ਬੰਦੇ ਦੀ ਵੱਖਰੀ ਵੱਖਰੀ ਸਕਿੱਲ ਹੈ। ਕਿਸੇ ਵੀ ਆਫਿਸ ਦੇ ਵਿੱਚ 1 ਬੰਦਾ ਜਾਂ 2 ਬੰਦੇ ਹੋ ਸਕਦੇ ਨੇ, ਜੇ ਕਿਸੇ ਕੋਲ ਮਤਲਬ ਜੇ ਕੋਈ ਹਰ ਚੀਜ਼ ਹੈ ਵੀ ਉਹ ਐਸ ਓ ਪੀ ਵੀ ਜਾਣਦਾ ਹੈ, ਫਾਈਲਿੰਗ ਵੀ ਜਾਣਦਾ ਹੈ, ਐਡਮਿਸ਼ਨ ਵੀ ਜਾਣਦਾ, ਹਰ ਚੀਜ਼ ਜਾਣਦਾ ਹੈ, ਪਰ ਇਸ ਤਰ੍ਹਾਂ ਨਹੀਂ ਹੁੰਦਾ ਕਿ ਜਿਸ ਤਰ੍ਹਾਂ ਸਾਡਾ ਸਟਾਫ ਹੈ ਉਹ ਹਰ ਚੀਜ਼, ਹਰ ਬੰਦੇ ਨੂੰ ਹਰ ਚੀਜ਼ ਪਤਾ ਹੋਵੇ। ਅਸੀਂ ਕੀ ਕੀਤਾ, ਡਿਪਾਰਟਮੈਂਟ ਬਣਾਏ ਹੋਏ, ਜਿਵੇਂ ਐਸ ਓ ਪੀ ਵਾਲੀ ਮੈਡਮ ਹੈ ਉਹ ਸਾਡੇ ਅਲੱਗ ਹੈ, ਇੰਟਰਵਿਊ ਪ੍ਰਪਰੇਸ਼ਨ ਵਾਲੀ ਮੈਡਮ ਨੇ ਉਹ ਅਲੱਗ ਨੇ। ਐਸ ਓ ਪੀ ਅਸੀਂ ਲਿਖਾਉਂਦੇ ਬੱਚੇ ਕੋਲੋਂ ਹੀ ਹਾਂ, ਲੇਕਿਨ ਬੱਚਾ ਲਿਖਦਾ ਹੈ ਉਹਨੂੰ ਸਿਰਫ ਕਰੈਕਸ਼ਨਸ ਕਰਨੇ, ਗਾਈਡ ਕਰਨੇ ਕਿ ਬੇਟਾ ਇਹੋ ਕੰਟਰੀ ਕਿਉਂ ਚੁਣੀ, ਇਹੋ ਕਾਲਜ ਕਿਉਂ ਚੁਣਿਆ, ਇਹੋ ਤੂੰ ਕੋਰਸ ਕਿਉਂ ਚੁਣਿਆ, ਉਹ ਸਾਰਾ ਬੱਚੇ ਦੀ ਰਿਸਰਚ ਕਰਾਉਂਦੇ ਅਸੀਂ। ਇੰਟਰਵਿਊ ਪ੍ਰੈਪਰੇਸ਼ਨ ਹੈ, ਇੰਟਰਵਿਊ ਪ੍ਰੈਪਰੇਸ਼ਨ ਦੀ ਸਾਡੀ ਇੱਕ ਅਲੱਗ ਟੀਮ ਹੈ, ਸਪੈਸ਼ਲਾਈਜ਼ਡ ਟੀਮ ਹੈ, ਜਿਹੜੀ ਬੱਚੇ ਨੂੰ ਦੱਸਦੀ ਹੈ ਕਿ ਬੇਟਾ ਇੰਟਰਵਿਊ ਤੈਨੂੰ ਇਸ ਤਰ੍ਹਾਂ ਦੇ ਸਵਾਲ ਪੁੱਛੇ ਜਾਣੇ ਨੇ, ਤੂੰ ਇਸ ਤਰ੍ਹਾਂ ਦੀ ਰਿਸਰਚ ਕਰ। ਬੱਚੇ ਦੀ ਕੋਰਸ ਸਿਲੈਕਸ਼ਨ 'ਤੇ ਅਸੀਂ ਇੰਫੋਸਾਈਜ਼ ਦਿੰਦੇ ਹਾਂ। ਨੋਰਮਲੀ ਕੀ ਹੁੰਦਾ ਕਿ ਬੱਚਾ ਆਇਆ, ਬੱਚਾ ਕਹਿੰਦਾ ਜੀ ਮੈਂ ਕੈਨੇਡਾ ਜਾਣਾ, ਮੈਂ UK ਜਾਣਾ, ਮੈਂ ਆਸਟ੍ਰੇਲੀਆ ਜਾਣਾ, ਭੇਜ ਦਿਓ। ਸਰ ਉਹ ਇਕੱਲਾ ਭੇਜਣ ਤੱਕ ਸੀਮਤ ਨਹੀਂ ਹੈ, ਵੀਜ਼ ਬੱਚੇ ਦੇ ਭਵਿੱਖ ਨੂੰ ਵੀ ਸੰਤੁਸ਼ਟ ਕਰਨਾ। ਮੈਂ ਕਹਿੰਦਾ ਨਾ ਕਿ ਬੱਚੇ ਵਾਸਤੇ, ਏਜੰਟ ਵਾਸਤੇ ਕੇਸ ਆ, ਬੱਚੇ ਵਾਸਤੇ ਭਵਿੱਖ ਆ। ਸੋ ਉਹਦੀ ਕੋਰਸ ਸਿਲੈਕਸ਼ਨ ਬੜੀ ਜ਼ਰੂਰੀ ਹੈ, ਤਾਂ ਕਿ ਕੋਰਸ ਸਿਲੈਕਸ਼ਨ ਅਗਰ ਪ੍ਰੋਪਰ ਹੋ ਗਈ ਤਾਂ ਉਹ ਬੱਚਾ ਉੱਥੇ ਵੀਜ਼ਾ ਵੀ ਮਿਲ ਜਾਏਗਾ, ਪੜ੍ਹ ਵੀ ਲਏਗਾ, ਕੋਰਸ ਪੂਰਾ ਕਰਨ ਦੇ ਬਾਅਦ ਉਹਨੂੰ PR ਵੀ ਮਿਲ ਜਾਏਗੀ, PR ਦੇ ਬਾਅਦ ਉਹਨੂੰ ਅੱਛੀ ਜੋਬ ਵੀ ਮਿਲ ਜਾਏਗੀ। ਇਹ ਨਹੀਂ ਕਿ ਬੱਚਾ ਲੇਬਰ ਜੋਬ ਕਰੇਗਾ, ਸਿਕਿਉਰਿਟੀ ਦੀ ਜੋਬ ਕਰੇਗਾ ਜਾਂ ਟਰੱਕ ਚਲਾਉਣ ਡਿਆ, ਇਟਸ ਨਾਟ ਲਾਈਕ ਦੈਟ। ਕਿਉਂਕਿ ਅਸੀਂ ਵਿਦੇਸ਼ ਜਾ ਰਹੇ ਹਾਂ ਅਤੇ ਵਿਦੇਸ਼ ਇਸ ਕਰਕੇ ਨਹੀਂ ਜਾ ਰਹੇ ਕਿ ਇਕੱਲੇ ਡਾਲਰ ਕਮਾਈਏ ਜਾਂ ਲੇਬਰ ਕਰੀਏ, ਵਿਦੇਸ਼ ਇਸ ਕਰਕੇ ਜਾ ਰਹੇ ਹਾਂ ਕਿ ਬੱਚਾ ਪਹਿਲੇ 2-4 ਸਾਲ ਪੇਰੈਂਟਸ ਵੀ ਬੱਚਾ ਵੀ ਮਿਹਨਤ ਕਰ ਲੈਣ, ਉਹਦੇ ਬਾਅਦ ਸਾਰਾ ਹੀ ਜੀਵਨ ਸੌਖਾ ਕੱਟ ਲੈਣ। ਸੋ ਸਾਰੀ ਸਾਰੀ ਚੀਜ਼ਾਂ ਨੇ ਜਿਹੜੀਆਂ ਫੈਕਟਰ ਆ, ਔਰ ਇਸ ਚੀਜ਼ਾਂ ਸਾਰੀਆਂ ਕੰਬਾਈਂਡ ਕਰਕੇ ਇੱਕ ਹੋਲਿਸਟਿਕ ਤਰੀਕੇ ਦੇ ਨਾਲ ਕਰਦੇ ਹਾਂ ਅਤੇ ਸਾਨੂੰ ਵੀਜ਼ਾ ਜਿਹੜਾ ਹੈ ਸਾਡੇ ਬੱਚੇ ਨੂੰ ਮਿਲ ਜਾਂਦਾ ਹੈ। ਸਰ, ਅਸੀਂ ਮੰਨੀਏ ਕਿ ਇਸ ਸੋਨੇ ਦੇ ਸੁਹਾਗੇ ਵਾਲੀ ਗੱਲ ਹੈ ਕਿ ਪਹਿਲਾਂ ਤੁਸੀਂ ਵਿੱਦਿਆ ਦਾ ਦਾਨ ਦਿੱਤਾ ਔਰ ਫਿਜ਼ਿਕਸ ਜਿਹੜੀ
ਨਵੀਂ ਅਪਡੇਸ਼ਨਸ ਕਰਦੇ ਰਹਿੰਦੇ ਹੋ, ਕਦੇ ਵੀ ਆਪਣੇ ਆਪ ਨੂੰ ਪਰਫੈਕਟ ਨਹੀਂ ਸਮਝਦੇ, ਆਨਲਾਈਨ ਜਾਂਦੇ ਰਹਿੰਦੇ ਹੋ, ਹਮੇਸ਼ਾ ਕੰਟਰੀਜ਼ ਦੇ ਵਿੱਚ ਵਿਜਿਟ ਕਰਕੇ ਆਉਂਦੇ ਹੋ, ਕੀ ਕਹਿਣਾ ਚਾਹੋ? ਸਰ ਵੇਖੋ, ਲਾਈਫ ਇਜ਼ ਅ ਲਰਨਿੰਗ ਪ੍ਰੋਸੈਸ। ਜਿਹੜੇ ਸਾਡੇ APJ ਅਬਦੁਲ ਕਲਾਮ ਜੀ ਸੀਗੇ, ਉਹ ਪ੍ਰੈਜ਼ੀਡੈਂਟ ਬਣਨ ਦੇ ਬਾਅਦ ਵੀ ਮੈਂ ਇੱਕ ਉਹਨਾਂ ਲੈਕਚਰ ਸੁਣਿਆ ਸੀਗਾ, ਉਹਨਾਂ ਨੇ IIM ਦੇ ਵਿੱਚ ਦਿੱਤਾ ਸੀਗਾ, ਔਰ ਉੱਥੇ ਵੀ ਉਹਨਾਂ ਕਿਹਾ ਸੀਗਾ ਕਿ ਮੈਂ ਅਜੇ ਵੀ ਸਿੱਖ ਰਿਹਾ ਹਾਂ, ਅਸੀਂ ਤਾਂ ਸਰ ਕੁਝ ਵੀ ਨਹੀਂ ਨਾ, ਅਸੀਂ ਤਾਂ ਪਾਸਕੂ ਵੀ ਨਹੀਂ ਉਹਨਾਂ ਦਾ। ਸੋ ਲਾਈਫ ਇਜ਼ ਅ ਲੌਂਗ ਲਰਨਿੰਗ ਪ੍ਰੋਸੈਸ, ਐਂਡ ਤੱਕ ਹੀ ਬੱਚਾ ਸਿੱਖਦਾ ਰਹਿੰਦਾ ਹੈ। ਉਦਾਂ ਹੀ ਅਸੀਂ ਵੀ ਅਪਡੇਸ਼ਨਸ ਨੇ, ਅਸੀਂ ਚੀਜ਼ਾਂ ਸਿੱਖਦੇ ਰਹਿੰਦੇ ਹਾਂ, ਸਿੱਖਦੇ ਰਹਿੰਦੇ, ਨਵੇਂ ਨਵੇਂ ਅੰਬੈਸੀ ਵਾਲੇ ਅਪਡੇਸ਼ਨਸ ਆਉਂਦੀਆਂ ਨੇ, ਨਵੇਂ ਨਵੇਂ ਕੋਰਸਿਸ ਦੀਆਂ ਆਉਂਦੀਆਂ ਨੇ ਅਲੱਗ ਅਲੱਗ। ਜਦੋਂ ਮੈਂ ਤੁਸੀਂ ਗੱਲ ਕੀਤੀ ਕਿ 20 ਸਾਲ ਅਤੇ ਅੱਜ ਦੇ ਵਿੱਚ ਕੀ ਫਰਕ ਆ, ਸਰ ਉਦੋਂ ਕੋਰਸ ਹੋਰ ਪ੍ਰਕਾਰ ਦੇ ਹੁੰਦੇ ਸੀ, ਅੱਜ ਕੋਰਸ ਹੋਰ ਪ੍ਰਕਾਰ ਦੇ ਆ, ਕਿਉਂਕਿ ਉਦੋਂ ਜੋਬਸ ਹੋਰ ਪ੍ਰਕਾਰ ਦੀਆਂ ਮਿਲਦੀਆਂ ਸੀ, ਆਪ ਜੋਬਸ ਹੋਰ ਪ੍ਰਕਾਰ ਦੀਆਂ ਮਿਲਦੀਆਂ। ਮੈਨੂੰ ਯਾਦ ਹੈ ਜੀ, ਮੈਂ BSC ਕੰਪਿਊਟਰ ਸਾਇੰਸ ਕੀਤੀ ਸੀ, ਔਰ ਉਦੋਂ ਅਸੀਂ ਸ਼ੂਜ਼ ਉਤਾਰ ਕੇ ਕੰਪਿਊਟਰ ਲੈਬ 'ਚ ਜਾਂਦੇ ਹੁੰਦੇ ਸੀ। ਸਿਰਫ ਸਾਡੇ ਟੀਚਰ ਦੇ ਟੇਬਲ 'ਤੇ ਮਾਊਸ ਹੁੰਦਾ ਸੀਗਾ, ਜਦੋਂ ਉਹਨਾਂ ਕੋਲ ਕੰਪਿਊਟਰ ਦਾ ਸੀ, ਅਸੀਂ ਕੀਬੋਰਡ ਦਾ ਹੀ ਕੰਮ ਕਰਦੇ ਸੀ ਸਿਰਫ। ਸੋ ਚੇਂਜਸ ਲਗਾਤਾਰ ਆਉਂਦੀਆਂ ਨੇ, ਅਸੀਂ ਸਿੱਖੀ ਜਾ ਰਹੇ ਹਾਂ। ਪੜ੍ਹਨ ਦਾ ਇਹੋ ਬੈਨੀਫਿਟ ਹੈ ਕਿ ਅਸੀਂ ਅੰਬੈਸੀ ਨਾਲ ਇਨ ਟੱਚ ਹਾਂ, ਅਸੀਂ ਯੂਨੀਵਰਸਿਟੀ ਕਾਲਜਸ ਨਾਲ ਇਨ ਟੱਚ ਹਾਂ, ਉਹਨਾਂ ਦੇ ਵੈਬੀਨਾਰਸ ਲੱਗਦੇ ਨੇ, ਉਹਦੇ ਸੈਮੀਨਾਰਸ ਲੱਗਦੇ ਨੇ, ਸਾਡੇ ਟ੍ਰੇਨਿੰਗ ਸੈਸ਼ਨਸ ਹੁੰਦੇ ਨੇ, ਪ੍ਰੋਡਕਟ ਟ੍ਰੇਨਿੰਗ ਹੁੰਦੀ ਹੈ ਸਾਡੇ ਕੋਲ, ਅੱਜ ਵੀ ਸੈਮੀਨਾਰ ਸੀਗਾ ਆਏ ਹੋਏ ਸੀਗੇ। ਸੋ ਅਸੀਂ ਸਿੱਖੀ ਜਾਂਦੇ ਹਾਂ, ਐਂਡ ਇਟਸ ਲਾਈਫ ਲਰਨਿੰਗ ਪ੍ਰੋਸੈਸ। ਦਰਸ਼ਕੋ, ਜਿਸ ਤਰੀਕੇ ਨਾਲ ਅਸੀਂ ਸਰ ਨਾਲ ਅੱਜ ਗੱਲ ਕਰ ਰਹੇ ਹਾਂ, ਔਰ ਇਹਨਾਂ ਦੇ ਨੰਬਰ ਸਕਰੀਨ ਦੇ ਨੀਚੇ ਚੱਲ ਰਹੇ ਆ, ਤੁਹਾਨੂੰ ਕਿਸੇ ਤਰ੍ਹਾਂ ਦੀ ਵੀ ਕੋਈ ਜਾਣਕਾਰੀ ਹੋਵੇ, ਕਿਉਂਕਿ ਬਹੁਤ ਇਨਸਾਨ ਦੇ ਤੌਰ 'ਤੇ ਵੀ ਬਹੁਤ ਅੱਛੇ ਨੇ, ਕੋਈ ਵੈਸੇ ਵੀ ਕਿਸੇ ਨੇ ਪੁੱਛਣਾ ਕੋਈ ਵੀ ਗੱਲਬਾਤ ਇਮੀਗ੍ਰੇਸ਼ਨ ਦੇ ਰਿਗਾਰਡਿੰਗ, ਆਈਲੈਟਸ ਦੇ ਰਿਗਾਰਡਿੰਗ, ਅੱਜ ਦੇ ਜਿਹੜਾ ਹੈਗਾ ਸਮੇਂ ਦੇ ਮੁਤਾਬਕ ਤੁਸੀਂ ਸਰ ਦੇ ਨਾਲ ਗੱਲ ਕਰ ਸਕਦੇ ਹੋ। ਸਰ, ਤੁਹਾਡਾ ਸਾਨੂੰ ਚੈਨਲ ਨੂੰ ਟਾਈਮ ਦੇਣ ਦੇ ਲਈ ਬਹੁਤ ਬਹੁਤ ਧੰਨਵਾਦ। ਥੈਂਕ ਯੂ। ਥੈਂਕ ਯੂ।